हाँ जी, सत श्री अकाल जी। पंजाबी ब्रॉडकास्ट चैनल पर थोड़ा स्वागत है। जिवें तुसीं अपनियां पिछलियां वीडियो देखियां, चैनल नूं सबसक्राइब कीता, उवें इस बार भी तुसीं चैनल नूं सबसक्राइब करो, शेयर करो। तो आप एक अज नवीं जिप्सी तैयार की है, उहदी वीडियो लैके आए हैं। तो भाई सिद्धू नाल गल करदे हां भी इहदा की हिसाब किताब पैंदा है, तो किवें इहदियां वारियां खुलण जड़न वालियां, पहलां तीन लाईयां फिर दो लाईयां, ऐ की कुछ करी जाता भन्ना तोड़ी, जिवें डब्बल ही अपने चली जाता है कदे कुछ कदे कुछ। हाँ भाई सिद्धू, तेरा स्वागत है साढ़े चैनल ते। ते पहला तो तू सानू इहदे रंग बारे दस भी, इहदा रंग यार इहो जिहा क्यों कीता, कोई चिट्टा काला कर लैंदे? कस्टमर ने डिमांड की थी ऐसे कलर की। अच्छा, उस तरह ही करता, थोड़ा मेटैलिक टाइप है, ग्रीन ग्रीन शेड मारता है। अच्छा, ग्रीन शेड तो वेखा ब्लू शेड भी मारता है। अच्छा, ते एदा इंजन पहला कोई होर दा धरता के एक जिप्सी दे ही एदे ने इज बलेनो इंजन धरया 1.6 जिप्सी। अच्छा। 1.3 हुंदा गा। अच्छा अच्छा, जिप्सी विच आपां एसी ला दिंदे आ जां पावर स्टीयरिंग ला दिंदे आ, टायर बड्डे पा दिंदे आ। अच्छा, तां ओहदे करके फिर इंजन लोड नहीं लैंदा इन्ना, छोटा हुंदा ओह। अच्छा, इह च इंजन लाया 1.6 बलेनो, एसी चल सके, टायर बड्डे यूज कर सकी, आपां पावर स्टीयरिंग यूज कर, लोड नहीं लैंदा इंजन। अच्छा, गड्डी चलदी है वधिया 120 स्पीड ते आराम नाल। ठीक है, 120 चढ़ जांदी है, आराम चढ़दी है, पेट्रोल दी गड्डी चढ़ रही है। अच्छा अच्छा, पेट्रोल दी है, पेट्रोल दी चीज नूं तां कोई फर्क निंदी नहीं सकदा। हां हां, ते भाई आह किवें भी आए जे लगदा जिवें रबड़ दा लाया हुंदा कि मेटल है जी, है मेटल है जी। अच्छा, ਗ੍ਰਿਲ ਫਿੱਟ ਕੀਤੀ ਹੈ ਜਾਂ ਇੱਕ ਫੋਕਲੈਂਪ ਲਾਈਟ ਲੱਗੀ ਹੈ, ਮੰਨ ਲਓ ਕਿ ਵਾਰੀ ਪਾਰਕਿੰਗ ਗੱਡੀ ਕਰਦੇ ਆਪਾਂ ਜਾਂ ਲਾਈਟਾਂ ਯੂਜ਼ ਕਰਦੇ ਛੋਟੀਆਂ ਮੋਟੀਆਂ। ਅੱਛਾ, ਅਤੇ ਇਹਦਾ ਐਂ ਤਾਂ ਹੈ ਨਹੀਂ ਨਾ ਵਿੱਚ ਵੱਜ ਜੂ ਕਿਸੇ ਨਾਲ ਲੱਗ ਜੂ, ਬਸ ਵਿੱਚ ਬੈਠਾ ਖਿੱਚੀ ਆ ਦੱਬੀ ਆ, ਕੁਛ ਨਹੀਂ ਹੁੰਦਾ। ਜਿਵੇਂ ਅੱਜ ਕੱਲ੍ਹ ਪਲਾਸਟਿਕ ਦੀਆਂ ਆਉਂਦੀਆਂ ਬੰਪਰ ਜੀ, ਜਿਵੇਂ ਆਪਣੇ ਅੱਜ ਕੱਲ੍ਹ ਟ੍ਰੈਫਿਕ ਵੱਧ ਗਿਆ, ਆਪਾਂ ਅੱਖਾਂ ਮੀਚ ਕੇ ਅਗਲੇ ਦੇ ਨਾਲ ਲਾ ਦੀ ਮੜੀ ਜੀ, ਪਹਿਲਾਂ ਹੀ ਕਾਰਪਣਾ ਕਰ ਲੈਂਦਾ ਵੇਖ ਕੇ ਅਗਲਾ ਪਾਸੇ, ਪਹਿਲਾਂ ਹੀ ਕਰ ਲੈ। ਆਹ ਲਾਈਟ ਯਾਰ ਟ੍ਰੈਕਟਰਾਂ ਦੇ ਨਹੀਂ ਲੱਗਦੀ ਹੁੰਦੀ ਸੀ ਪਹਿਲਾਂ? ਨਹੀਂ ਬਈ, ਇਹ ਬਾਰ ਲਾਈਟ ਲੱਗਦੀ ਹੈ ਇਹ। ਅੱਛਾ, ਵੈਸੇ ਸ਼ੋਅ ਵਾਸਤੇ ਲਾਦੀ ਆਪਾਂ। ਅੱਛਾ, ਲਾਈਟ ਵੀ ਠੀਕ ਹੈ, ਵਧੀਆ। ਵੈਸੇ NCR ਚਲਾਣ ਵੀ ਇਹਦਾ। ਅੱਛਾ ਹਾਂ ਯਾਰ, ਇਹਦਾ ਪੀਲਾ ਜੇ ਲਾ ਆਉਂਦੇ ਆ ਨਾ ਕਾਗਜ਼, ਇਹਦਾ ਕਵਰ ਲਾਵਾਂਗੇ ਬਣਾ ਕੇ ਆਪਾਂ। ਅੱਛਾ ਅੱਛਾ, ਆਪਣੇ ਕਸਟਮਰ ਨੇ ਡਿਮਾਂਡ ਕੀਤੀ ਉਹ, ਕਹਿੰਦੇ ਕਵਰ ਲਾ ਦਿਓ ਉੱਤੇ। ਠੀਕ, ਉਹਨਾਂ ਦਾ NCR ਏਰੀਆ ਆਉਂਦਾ। ਠੀਕ, ਮੰਨ ਲਓ ਬਾਹਰ ਜਾਂਦੇ ਆ ਕਿਤੇ ਹਿਮਾਚਲ ਵਗੈਰਾ ਘੁੰਮਣ ਜਾਣਾ ਉਹਨਾਂ ਨੇ। ਅੱਛਾ, ਵੈਸੇ ਉਹਨਾਂ ਟੂਰ ਵਾਸਤੇ ਗੱਡੀ ਬਣਾਈ ਹੈ ਹਿਮਾਚਲ ਵਾਸਤੇ। ਅੱਛਾ, ਟੂਰ ਤੇ ਵੀ ਉਹ ਜਿਵੇਂ ਉਹ ਲਾਇਆ ਆਪਣੇ ਤਾਂ ਜਿਵੇਂ, ਹਾਂ ਉਹ ਤਾਂ ਹੀ ਕੈਰੀਅਰ ਲਾਇਆ, ਹਾਂ ਤਾਂ ਹੀ ਉਹ ਲੱਗਿਆ। ਇਹ ਟਾਇਰ ਟੂਰ ਬਾਰੇ ਤੂੰ ਫਿਰ? ਟਾਇਰ ਤਾਂ ਉਹਨਾਂ ਨੇ ਚੁਆਇਸ ਕੀਤੀ ਆਪਾਂ ਨੂੰ ਵੀ ਇਹ ਮੋਟੀ ਗੁੱਡੀ ਮਾੜੀ ਹੋਵੇ, ਵੀ ਟਾਇਰ ਆਪਾਂ ਜ਼ਿਆਦਾ ਵੱਡੀ ਗੁੱਡੀ ਪਾ ਦਿੰਦੇ ਉਹ ਟਾਇਰ ਦੀ ਆਵਾਜ਼ ਵੱਧ ਆਉਂਦੀ ਹੈ। ਅੱਛਾ, ਇਹ ਟਾਇਰ ਔਨ ਰੋਡ ਵੀ, ਇਹ ਸਾਊਂਡਲੈਸ ਹੋਣਗੇ ਨਾਲੇ ਟਾਇਰ ਵੀ? ਸਾਊਂਡ ਠੀਕ ਹੈ, ਇਹਨਾਂ ਦੀ ਆਵਾਜ਼ ਟਾਇਰ ਦੀ ਹੈ ਨਹੀਂ ਜ਼ਿਆਦਾ। ਅੱਛਾ ਅੱਛਾ, ਮਤਲਬ ਟਾਇਰ 80 ਹੈ ਇਹ, ਇਹਦੀ ਗੁੱਡੀ ਜ਼ਿਆਦਾ ਵੱਡੀ ਨਹੀਂ, ਟਾਇਰ ਦੀ ਆਵਾਜ਼ ਵੱਧ ਆਵੇ। ਅੱਛਾ, ਚੱਲੇ ਗੱਡੀ ਔਫ ਰੋਡ ਚੱਲੇ, ਔਨ ਰੋਡ ਚੱਲੇ, ਜਿਵੇਂ ਔਫ ਰੋਡ ਯੂਜ਼ ਕਰ ਰਹੀ ਹਾਂ ਬਰਫ਼ ਵਗੈਰਾ ਜਾਣਗੇ ਤਾਂ ਠੀਕ ਹੈ ਵਾਸਤੇ। ਇਹ 4x4 ਹੋਊਗੀ ਫਿਰ? 4x4 ਕੰਪਨੀ ਵੱਲੋਂ ਆਉਂਦੀ ਹੈ ਜੀ 4x4 ਤਾਂ ਜੀ। ਅੱਛਾ, ਤੇ ਆਹ ਯਾਰ ਚਿੱਟਾ ਕਦੋਂ ਕਰਤਾ ਰਾਲ ਦੇ, ਸੋਹਣਾ ਲੱਗਦਾ। ਉਹਨਾਂ ਨੇ ਕੋਈ ਪੰਜੈਰੋ ਦੀ ਫੋਟੋ ਦੇਖੀ ਸੀ ਗੱਡੀ ਦੀ। ਅੱਛਾ, ਉਹਦੇ ਵਿੱਚ ਥੱਲੇ ਵਾਈਟ ਦਾ ਕੋਮਬੀਨੇਸ਼ਨ ਸੀਗਾ। ਅੱਛਾ, ਉਹ ਕਹਿੰਦੇ ਇੱਦਾਂ ਹੀ ਕਰ ਦਿਓ ਸਾਨੂੰ, ਉਹਨਾਂ ਨੇ ਤਾਂ ਕਿਹਾ ਸੀ ਸਾਨੂੰ ਜ਼ਿਆਦਾ ਕਰਨ ਦਾ। ਤੇ ਜਿਵੇਂ ਆਪਣਾ ਕੈਮਰਾਮੈਨ ਨੂੰ ਥੋੜ੍ਹਾ ਕਹਾਂਗਾ ਨਜ਼ਦੀਕ ਨਾਲ ਤੁਰਿਆ, ਫਿਰ ਆਪਾਂ ਵਿੱਚ ਵੀ ਬਹਿ ਬੂ ਕੇ ਦੇਖਾਂਗੇ ਵੀ ਕੀ ਹਿਸਾਬ ਕਿਤਾਬ ਆ। ਅਸੀਂ ਤਾਂ ਕਿਹਾ ਸੀ ਵੀ ਇੰਨੀ ਕਰ ਦਈਏ। ਅੱਛਾ, ਤੱਕ ਵਾਈਟ ਕਰ ਦਈਏ, ਲੇਕਿਨ ਉਹ ਕਹਿੰਦੇ ਤਾਂ ਬਾਹਲਾ ਵੀ ਨਹੀਂ ਕਰਨਾ, ਥੱਲੇ ਮੀਡੀਅਮ ਜਿਹੀ ਰੱਖ ਲਈਏ ਆਪਾਂ। ਠੀਕ ਹੈ, ਬਾਕੀ ਸ਼ੀਸ਼ੇ ਜਿਹੜੇ ਲੱਗੇ ਆ ਬਲੈਰੋ ਗੱਡੀ ਦੇ ਲਾਏ ਆਪਾਂ। ਅੱਛਾ ਹਾਂ, ਵਧੀਆ, ਇਹ ਵੱਧ ਗਿਆ ਦੂਜਾ ਤਾਂ ਹਵਾ ਨੇ ਟੱਕਿਆ ਜਾਂਦਾ, ਗੱਡੀ ਸਪੀਡ 100 ਦੀ ਹੋ ਗਈ ਆ, ਫਿਰ ਹੱਲ ਜਾਂਦੇ ਆ, ਇਹ ਹੱਲਦੇ ਨਹੀਂ ਫਿਰ। ਠੀਕ ਹੈ, ਤੇ ਆ ਯਾਰ ਪਹਿਲਾਂ ਜਿਵੇਂ ਆਪਾਂ ਤੇਰੀ ਵੀਡੀਓ 'ਚ ਦੇਖੀ ਸੀਗੀ, ਇੱਥੇ ਪਹਿਲਾਂ ਟਾਕੀ ਲੱਗੀ ਹੁੰਦੀ ਸੀਗੀ? ਇਹ ਟਾਕੀ ਉੱਧਰ ਲੈਫਟ ਸਾਈਡ ਲੱਗੀ ਹੁੰਦੀ ਹੈ ਜੀ। ਅੱਛਾ, ਲੰਬੀ ਜਿਪਸੀ ਦੀ ਜਿਪਸ ਛੋਟੀ ਕੀਤੀ ਆਪਾਂ ਦੇਖ ਲਓ, ਠੀਕ ਹੈ, ਲੈਂਥ ਘੱਟ ਹੈ ਇਹਦੀ ਆਮ। ਹਾਂ, ਇਹ ਤਾਂ ਐਂ ਲੱਗਦਾ ਜਮਾਂ ਹੀ ਸਲਾਈਡ ਆ ਜਾਣਾ ਲੱਗੇ ਸ਼ੀਸ਼ੇ ਵਿੱਚ ਇਹਦੇ, ਮੰਨ ਲਓ ਕਿਸੇ ਨੇ ਅੱਜ ਕੱਲ੍ਹ ਕਿਹਾ ਕੀ ਹੈ ਨਾ ਜਿਹੜਾ ਯੂਪੀ ਵਾਲਾ ਏਰੀਆ ਜਾਂ ਫਿਰ ਅੱਛਾ ਤਮਿਲਨਾਡੂ ਵਾਲਾ ਪਾਨ ਪੂਨ ਜਾਂ ਕਲਕੱਤੇ ਵਾਲਾ ਏਰੀਆ, ਹਾਂ ਹਾਂ ਹਾਂ, ਪਲਚ ਪਲਚ ਕਰਦੇ ਆ ਫਿਰ ਇੱਥੋਂ ਕੱਢ ਕੇ ਬਾਹਰ ਮਾਰਨਾ, ਉਹ ਬਦਮਾ ਖਾਣਾ ਪੀਣਾ ਬਦ ਗੰਦਾ ਯਾਰ, ਮੈਨੂੰ ਲੱਗੀ ਰਹੀ ਕੋਈ ਸ਼ੀਸ਼ਾ ਬੰਦ ਹੋਏ ਥੁੱਕਣਾ ਕਰਨਾ ਔਖਾ ਹੋਇਆ ਤੁਹਾਨੂੰ ਯਾਰ। ਅੱਛਾ ਠੀਕ ਹੈ, ਆਈ ਕੁਲਵਿੰਦਰ ਮਾੜਾ ਜਿਹਾ ਵੇਖ ਮਗਰ ਵੀ ਮਾਰ ਝਾਤੀ, ਤੇ ਬਈ ਆਹ ਟਾਇਰ ਦਾ ਕਿਵੇਂ ਵੀ, ਇਹ ਟਾਇਰ ਵੀ ਘੁੰਮਦਾ ਕੀਤਾ, ਅੱਜ ਕੱਲ੍ਹ ਟ੍ਰੈਂਡ ਚੱਲ ਰਿਹਾ ਟਾਇਰ ਘੁੰਮਣ। ਅੱਛਾ 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 ਅੱਛਾ, ਵੀਡੀਓ ਕਸਟਮਰ ਦਿੰਦੇ ਆ ਵੀ ਘੁੰਮੀ ਜਾਂਦਾ ਟਾਇਰ, ਉਹਨੇ ਘੁੰਮਾ ਦਿਓ ਆਪਾਂ ਵੀ ਘੁੰਮਾ ਦਿਆਂਗੇ। ਉਹ ਨਾ ਅੱਜ ਕੱਲ੍ਹ ਆਏ ਆ ਕੁਲਵਿੰਦਰਾ, ਇਹ ਰੀਲਾਂ ਰੂਲਾਂ ਦੇ ਸ਼ੌਕੀਨ ਆ ਨਾ ਜਿਹੜੇ, ਉਹ ਵੱਧ ਕਮਾ ਕੇ ਰਾਜੀ ਆ, ਬਹੁਤ ਆਪਾਂ ਇੰਸਟਾਗ੍ਰਾਮ ਤੇ ਵੀ ਨਹੀਂ ਹੁੰਦੇ ਨਾ, ਜਿੱਸੀ ਭਜਦੀ ਹੈ ਤੇ ਉਦੋਂ ਇਹ ਚੰਗਾ ਲੱਗਦਾ। ਬਾਕੀ ਇਹਦਾ ਸਟੈਂਡ ਅੱਡ ਬਣਿਆ ਹੋਇਆ ਜੀ ਤਾਂ। ਅੱਛਾ, ਇਹ ਜਿਪਸ ਇਹਦੇ ਨਾਲ ਨਹੀਂ ਲੱਗਿਆ? ਨਹੀਂ ਨਹੀਂ, ਅੱਡ ਹੈ ਜੀ ਇਹ। ਅੱਛਾ, ਤੁਸੀਂ ਤਾਂ ਖੋਲੋਗੇ ਨਾ ਮਾੜਾ ਜਿਹਾ, ਇਹ ਦਿਖਾ ਯਾਰ ਸਾਨੂੰ ਖੋਲ ਕੇ। ਅੱਡ ਹੈ, ਹਾਂ ਆਏ ਹੈ, ਹਾਂ ਇਹ ਅੱਡ ਖੋਲ ਕੇ ਅੰਦਰ, ਵਜਨ ਜ਼ਿਆਦਾ ਨਾ ਟਾਇਰ ਦਾ। ਅੱਛਾ, ਇਹਦੇ ਫਿਰ ਲਾ ਨਹੀਂ ਸਕਦੇ ਇੱਥੇ, ਵੈਸੇ ਇੱਥੇ ਲੱਗਿਆ ਹੋ ਜਾਊਗਾ ਨਾ ਕੰਮ। ਹਾਂ ਠੀਕ ਹੈ, ਤੇ ਆਹ ਯਾਰ ਪੌੜੀ
ਕਿਵੇਂ ਲੱਗੀ ਆ ਵੀ ਇਹ ਬਈ ਸ਼ੋਪੀਸ ਹੈ ਕਿ ਜੈਰੋ ਗੱਡੀ ਦੀ ਫੋਟੋ ਵੇਖੀ ਹੈ ਉਹਨਾਂ ਨੇ ਕਲਰ ਵਾਸਤੇ ਉਹਦੇ ਮਗਰ ਪੌੜੀ ਲੱਗੀ ਦੇਖ ਲਈ ਉਹ ਕਹਿੰਦੇ ਸਾਨੂੰ ਵੀ ਪੌੜੀ ਇਸ ਤਰ੍ਹਾਂ ਚੰਗੀ ਲੋਕਾਂ ਦੀ ਵਧੀਆ ਪੌੜੀ ਲਾ ਦਿੰਦੇ ਅੱਛਾ ਚੱਲ ਮੈਂ ਆਪਾਂ ਨੂੰ ਵੀ ਕਿਰਾਇਆ ਬਣਾ ਕੇ ਲਾ ਦਿੰਦੇ ਵਧੀਆ ਬਣ ਗਈ ਇਹ ਐਂ ਯਾਰ ਅੱਧੋਂ ਵਾਲੀ ਤਾਂ ਮੇਰਾ ਪਜੈਰੋ ਕਰਤੀ ਹੈ ਨਾ ਬਸ ਪਜੈਰੋ ਬਣ ਗਈ ਹਾਂ ਛੋਟੀ ਪਜੈਰੋ ਫੰਡਰ ਲਾਈਨ ਹੋ ਗਈ ਤੇ ਪੌੜੀ ਹੋ ਗਈ ਦੇਖੀ ਸੀ ਬਹੁ ਮਾਂ ਦੀ ਗੱਡੀ ਪਜੈਰੋ ਹਾਂ 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 ਉਹਦੀ ਕਾਪੀ ਜੀ ਹੋ ਗਈ ਇੱਕ ਸਾਲ ਜਮਾ ਉਹਦੇ ਵਾਂਗੂ ਹੋ ਗਈ ਹੈਨਾ ਤਾਂ ਹਾਂ ਵੀ ਸਮਾਨ ਸੱਪਾ ਰੱਖ ਲੇ ਬੰਦਾ ਮਰਜੀ ਚੜ ਕੇ ਹੈਨਾ ਟਰਾਲੀ ਚੱਲ ਮਾੜਾ ਮੋਟਾ ਤਾਂ ਸਹਾਰਾ ਦੇਊਗੀ ਐਂ ਤਾਂ ਮਜ਼ਬੂਤੀ ਹੈ ਮਤਲਬ ਚੜਨਾ ਹੈ ਤਾਂ ਆਪਾਂ ਤੁਸੀਂ ਚੜ ਕੇ ਵੇਖੋ ਇੱਥੇ ਵਿੱਚ ਤੋਂ ਪਿਆਰ ਕੋਈ ਸਮਾਨ ਰੱਖਣ ਦਾ ਜਿਹੜਾ ਕਿ ਇੱਥੇ ਸਮਾਨ ਰੱਖ ਸਕਦੇ ਹਾਂ ਤੇ ਬਈ ਆ ਸਟੀਅਰਿੰਗ ਹੀ ਬੜਾ ਯਾਰ ਹੱਥ ਚ ਆਉਂਦਾ ਮੈਂ ਸਪੋਰਟਸ ਸਟੀਅਰਿੰਗ ਵੀ ਲਿਆ ਜਿਵੇਂ ਅੱਜ ਕੱਲ ਕਾਰਾਂ ਦੇ ਆਉਂਦੇ ਉਵੇਂ ਸਾਨੂੰ ਡਿਮਾਂਡ ਕੀਤੀ ਸੀ ਨਾ ਫਿੱਟ ਕਰਤਾ ਬਸ ਅੱਛਾ ਤੇ ਆ ਜਿਵੇਂ ਐਲਈਡੀ ਤੇ ਲਟਾ ਸਟਾ ਯਾਰ ਹੈ ਤਾਂ ਰਿਵਰਸ ਕੈਮਰਾ ਤੁਸੀਂ ਆ ਦੇਖੋ ਹੈ ਪਿੱਛੇ ਸੈਂਸਰ ਬੋਲਦਾ ਰੇ ਗੱਡੀ ਨਜ਼ਦੀਕ ਆਉਂਦੀ ਹੈ ਤੇ ਕੋਈ ਅੱਛਾ ਅੱਛਾ ਰਿਵਰਸ ਦਾ ਕੰਮ ਕਰਦਾ ਬਾਕੀ ਤੁਸੀਂ ਵੀਡੀਓ ਗਾਣੇ ਸੁਣਨੇ ਆ ਹਾਂ ਠੀਕ ਹੈ ਠੀਕ ਹੈ ਬਾਕੀ ਕੋਈ ਵੀਡੀਓ ਜੇ ਫਿਲਮ ਦੇਖਣੀ ਫਿਲਮ ਦੇਖ ਲਓ ਅਸੀਂ ਹਾਂ ਤੇ ਯਾਰ ਆਹ ਜਿਵੇਂ ਆ ਪਹਿਲਾਂ ਤਾਂ ਹੁੰਦਾ ਨਹੀਂ ਸੀਗਾ ਆਹ ਮਰੂਤੀ ਸੁਜ਼ੂਕੀ ਲਿਖਿਆ ਤੇ ਇਹ ਨਾ ਬਈ ਹੈਂਡਲ ਵਗੈਰਾ ਆਪਾਂ ਬਣਾ ਕੇ ਲਾਇਆ ਸਾਰਾ ਕੁਝ ਇਹ ਅੱਛਾ ਜਿਵੇਂ ਪਿੱਛੇ ਪੌੜੀ ਬਣਾ ਕੇ ਲਾਈ ਆ ਉਹਦੇ ਵਿੱਚ ਪੈਪ ਕੱਟ ਕੇ ਹੈਂਡਲ ਬਣਾ ਲਿਆ ਹਾਂ ਜਿਹੜਾ ਡੈਸ਼ਬੋਰਡ ਬਣਾਇਆ ਮੈਟਲ ਦਾ ਆਪਾਂ ਇਹ ਅੱਛਾ ਹਰ ਬੰਦੇ ਦੀ ਡਿਮਾਂਡ ਸੀ ਵੀ ਜਿਪਸੀ ਬਹੁਤ ਟਾਈਮ ਦੀ ਆ ਰਹੀ ਹੈ ਪਰ ਡੈਸ਼ਬੋਰਡ ਦੇ ਵਿੱਚ ਚੇਂਜਿੰਗ ਨਹੀਂ ਆ ਰਹੀ ਅੱਛਾ ਵੀ ਕੰਪਨੀ ਡੈਸ਼ਬੋਰਡ ਉਹੀ ਦੇ ਰਹੀ ਹੈ ਸਿੰਪਲ ਜਿਹਾ ਵੀ ਕੋਈ ਚੀਜ਼ ਹੀ ਨਹੀਂ ਦੱਬੀ ਹੁੰਦੀ ਕੋਈ ਦੱਬੀ ਹੁੰਦੀ ਵੀ ਸਾਰਾ ਕੁਝ ਬਦਲ ਦੇ ਪਰ ਆ ਚੀਜ਼ ਉਵੇਂ ਪਈ ਚਾਹੁੰਦਾ ਇਹੀ ਸੀ ਵੀ ਡੈਸ਼ਬੋਰਡ ਬਦਲਿਆ ਜਾਵੇ ਤਾਂ ਠੀਕ ਪਰ ਐਂ ਤੱਕ ਅਸੀਂ ਬਣਾਇਆ ਮੈਟਲ ਦਾ ਡੈਸ਼ਬੋਰਡ ਠੀਕ ਅਸੀਂ ਚਾਹੁੰਦੇ ਹਾਂ ਵੀ ਅਗਲੀ ਵਾਰੀ ਇਸ ਤੋਂ ਹੀ ਵਧੀਆ ਬਣਾਈਏ ਅਸੀਂ ਠੀਕ ਹੈ ਕਿਉਂਕਿ ਸਾਨੂੰ ਏਸੀ ਬੈਂਡ ਜਿਹੜਾ ਲੱਗਿਆ ਚਾਹ ਉਹ ਬਣ ਜੂਗੀ ਭਰਾਵਾ ਜਦੋਂ ਤੁਸੀਂ ਇੰਨਾ ਕਰਨ ਲੱਗ ਗਏ ਸਾਨੂੰ ਵੀ ਬਣ ਜੂ ਕਸਟਮਰ ਨੇ ਇੱਕ ਡਰਾਇੰਗ ਬਣਾਈ ਸੀਗੀ ਪੇਪਰ ਤੇ ਠੀਕ ਹੈ ਵੀ ਆ ਡਰਾਇੰਗ ਇਸ ਤਰ੍ਹਾਂ ਡੈਸ਼ਬੋਰਡ ਬਣਾ ਕੇ ਰੈਡੀ ਕਰੋ ਅੱਛਾ ਕੋਈ ਗੱਲ ਨਹੀਂ ਬਣਾ ਦਿੰਦੇ ਬਣਾ ਦਾ ਆਪਾਂ ਮੀਟਰ ਜਿਪਸੀ ਦਾ ਫਿੱਟ ਹੋ ਗਿਆ ਓਰੀਜਨਲ ਟੂਲ ਬਾਕਸ ਫਿੱਟ ਹੋ ਗਿਆ ਬਾਕੀ ਇੱਕ ਥੱਲੇ ਅਸੀਂ ਆ ਗਲਾਸ ਹੋਲਡਰ ਲਾਏ ਆ ਪੈਗ ਬੁਗ ਲਾਉਣਾ ਕਈ ਵਾਰੀ ਆਪਾਂ ਜਿਵੇਂ ਪੈਗ ਦਾ ਧਿਆਨ ਤਾਂ ਬਾਈ ਬੜਾ ਲੱਗ ਰਿਹਾ ਕੀ ਕਰੀ ਅੱਜ ਕੱਲ੍ਹ ਬਾਈ ਪੈਗ ਇੱਕ ਹੁਣ ਮੈਂ ਦੱਸਦਾ ਡੱਬੀ ਡੁੱਬੀ ਰੱਖਣ ਦਾ ਵੀ ਧਿਆਨ ਰੱਖ ਤੂੰ ਡੱਬੀ ਜੇ ਕਿਸੇ ਨੇ ਡੱਬੀ ਡੁੱਬੀ ਰੱਖਣੀ ਹੈ ਉਹ ਵੀ ਬਣਾਵਾਂਗੇ ਜਿਹੜਾ ਆਪਾਂ ਇਕੱਲੇ ਪੈਗ ਦਾ ਵੀ ਨਾ ਰੱਖਿਆ ਉਹ ਵੀ ਰੱਖਣਾ ਪਊਗਾ ਵੀ ਧਿਆਨ ਤੇ ਯਾਰ ਆਹ ਬੜਾ ਯਾਰ ਸੌਫਟ ਇਹ ਤਾਂ ਬਾਈ ਇਹਦਾ ਉੱਚਾ ਨੀਵਾਂ ਜਾਂ ਕਿਵੇਂ ਸਾਂਠਾ ਜਿਹਾ ਕਪੜਾ ਲਾਇਆ ਜਾਂਦਾ ਹਾਂ ਬਾਕੀ ਆਹ ਤੁਸੀਂ ਇੱਥੇ ਚਸ਼ਮੇ ਰੱਖਣੇ ਯਾਰ ਇੱਕ ਹੁੰਦਾ ਨਹੀਂ ਡਬਲ ਲੱਗ ਗਏ ਹੁਣ ਬੰਦੇ ਦੋ ਬੈਠੇ ਅਣਕ ਵਾਲੇ ਅੱਛਾ 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 ਠੀਕ ਹੈ ਦੋਨੇ ਬੰਦੇ ਨੂੰ ਚਾਹੀਦੇ ਹੈ ਅੱਜ ਕੱਲ੍ਹ ਲੇਡੀਜ਼ ਜੈਂਟ ਚਸ਼ਮੇ ਚਸ਼ਮੇ ਦਾ ਟ੍ਰੈਂਡ ਚੱਲ ਰਿਹਾ ਸਲਾਉਣ ਵਾਲੀ ਚੀਜ਼ ਬਣਾਈ ਆ ਤੂੰ ਆਏ ਕਿਹੜੇ ਨਾ ਨਵਾਂ ਸਮਾਨ ਬਣਾਉਣਾ ਮਤਲਬ ਆਪਾਂ ਸਾਰੇ ਇਹ ਹਰ ਵਾਰੀ ਆਪਾਂ ਨਵੀਂ ਚੀਜ਼ ਤਿਆਰ ਕਰਦੇ ਪਿੱਛੇ ਵੀ ਬਹੁਤ ਥਾਂ ਹੈ ਨਾ ਵਧੀਆ ਆਰਾਮ ਨਾਲ ਜਿਵੇਂ ਖੁੱਲਾ ਬੱਠਾ ਬੰਦਾ ਬੈਠੇ ਜੇ ਮਰਜੀ ਆਹ ਦੇਖੋ ਬਈ ਅਸੀਂ ਨਾ ਕੱਪ ਹੋਲਡਰ ਜਿਵੇਂ ਗਲਾਸ ਵਗੈਰਾ ਬੋਤਲ ਰੱਖਣੀ ਪਾਣੀ ਦੀ ਇੱਥੇ ਵੀ ਪੂਰਾ ਪਾਣੀ ਪਿੱਛੇ ਬੰਦਾ ਬੈਠਾ ਰੋਟੀ ਦੇ ਖਾਣੀ ਇੱਥੇ ਰੱਖ ਕੇ ਬੰਦਾ ਵਧੀਆ ਬਹਿ ਕੇ ਖਾ ਪੀ ਸਕਦਾ ਦੋਨੇ ਪਾਸੇ ਲੱਗਿਆ ਵੀਰੇ ਇਹ ਹਾਂ ਹਾਂ ਇੱਧਰ ਵੀ ਲਾਇਆ ਆਪਾਂ ਯਾਰ ਮੈਂ ਪਿੱਛੇ ਨਾ ਵੇਖਾਂ ਬਹਿ ਕੇ ਦੇਖ ਲਾ ਕੋਈ ਗੱਲ ਹਾਂ 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 ਕਿਵੇਂ ਕੀ ਬਣਦਾ ਕਿਹੜੇ ਬੈਠ ਅੰਗਰੇਜ਼ੀ ਥਾਂ 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 ਤੇ ਕੱਪ ਵੀ ਬੰਦੇ ਨੇ ਬੈਠਾ ਹੈ ਤਾਂ ਬਾਜ਼ ਹਾਂ ਹਾਂ ਆਹ ਜਿਵੇਂ ਆਰਮ ਰੈਸਟ ਵਾਂਗ ਦੂਜਾ ਬਣ ਗਿਆ ਇਹ ਹਾਂ ਹਾਂ ਵਧੀਆ ਚੀਜ਼ ਮਤਲਬ ਠੀਕ ਹੈ ਯਾਰ ਸਲਾਉਣ ਵਾਲੀ ਚੀਜ਼ ਬਣਾਈ ਆ ਤੂੰ ਵਧੀਆ ਦੋਨਾਂ ਪਾਸੇ ਸ਼ੀਸ਼ੇ ਖੁੱਲਦੇ ਆ ਹੈ ਦੋਨਾਂ ਪਾਸੇ ਸ਼ੀਸ਼ੇ ਖੁੱਲਦੇ ਆ ਠੀਕ ਹੈ ਐਂ ਨਹੀਂ ਲੱਗਦਾ ਵੀ ਮੈਂ ਸ਼ੀਸ਼ੇ ਵਿੱਚ ਨਾਲ ਬੈਠਣਾ ਤੇ ਐਂ ਹਨਾ ਜਿੱਥੇ ਮਰਜ਼ੀ ਕੋਈ ਲੜਾਈ ਨਹੀਂ ਹੁੰਦੀ ਲੜਾਈ ਤਾਂ ਕੌਣ ਕਰੂਗਾ ਸ਼ੀਸ਼ੇ ਦੋਨੇ ਪਾਸੇ ਖੁੱਲਦੇ ਆ ਇੱਧਰ ਸ਼ੀਸ਼ੇ ਵਾਲੇ ਪਾਸੇ ਬੈਠਣਗੇ ਚਾਰੇ ਬੰਦੇ ਬਾਈ ਤੋਂ ਤੁਸੀਂ ਜਿਪਸੀ ਤਿਆਰ ਕਰਾਉਣੀ ਹੋਵੇ ਉਹਦਾ ਵੀ ਚੈਨਲ ਹੈ ਸਿੱਧੂ ਮੋਟਰਸ ਦੇ ਨਾਮ ਤੇ ਬਾਈ ਤੂੰ ਆਪਦਾ ਸਾਰੇ ਚੈਨਲਾਂ ਬਾਰੇ ਦੱਸ ਵੀ ਕਿਹੜਾ ਕਿਹੜਾ ਚੈਨਲ ਹੈ ਆਪਣੇ ਇਸ ਤਰ੍ਹਾਂ ਗੱਲ ਵੀ ਆਪਣੇ ਪੰਜਾਬੀ ਭਰਾ ਥੋੜ੍ਹੇ ਜਿਹੇ ਮੈਨੂੰ ਕਮੈਂਟ ਵੀ ਕਰਦੇ ਰਹਿੰਦੇ ਆ ਵੀ ਤੁਸੀਂ ਹਿੰਦੀ ਬੋਲਦੇ ਹੋ ਕਿਉਂਕਿ ਜਿਹੜੇ ਆਪਣੇ ਕੋਲ ਕਸਟਮਰ ਆਉਂਦੇ ਆ ਤਮਿਲਨਾਡੂ ਕੇਰਲਾ ਜਾਂ ਯੂਪੀ ਦੇ ਆਉਂਦੇ ਆ ਜੀ ਰਾਜਸਥਾਨ ਦੇ ਆਉਂਦੇ ਆ ਉਹ ਆਪਣੇ ਨਾਲ ਗੱਲ ਹਿੰਦੀ 'ਚ ਕਰਦੇ ਆ ਸਾਰੇ ਅੱਛਾ ਅਤੇ ਉਹ ਚਾਹੁੰਦੇ ਆ ਵੀ ਹਿੰਦੀ 'ਚ ਵੀਡੀਓ ਬਣਾਇਆ ਕਰੋ ਅੱਛਾ ਸਾਨੂੰ ਸਮਝ ਜਾ ਸਕੇ ਗੱਡੀ ਸਾਰੀ ਦੀ ਆਪਣਾ ਚੈਨਲ ਹੈ ਸਿੱਧੂ ਮੋਟਰ ਦੇ ਨਾਮ 'ਤੇ ਆਪਣੇ ਚੈਨਲ 'ਤੇ ਸਬਸਕ੍ਰਾਈਬ ਵੀ ਕਰ ਲੈਣ ਆਪਾਂ ਨੂੰ ਠੀਕ ਹੈ ਆਪਣਾ ਇੰਸਟਾਗ੍ਰਾਮ ਆ ਸਿੱਧੂ ਮੋਟਰ ਦੇ ਨਾਮ 'ਤੇ ਉੱਥੇ ਫੋਲੋ ਕਰ ਲੈਣ ਆਪਣੀ ਫੋਟੋਆਂ ਬਹੁਤ ਗੱਡੀ ਨੇ ਪਾ ਰੱਖੀਆਂ ਆਪਾਂ ਅੱਛਾ ਫੇਸਬੁੱਕ ਪੇਜ ਆਪਣਾ ਇੰਸਟਾ ਜਿਹੜਾ ਆਪਣਾ ਚੈਨਲ ਦੇ ਹਾਲੇ ਲਿੰਕ ਦੇ ਰੱਖਿਆ ਆਪਾਂ ਇੰਸਟਾਗ੍ਰਾਮ ਦਾ ਫੇਸਬੁੱਕ ਦਾ ਉੱਥੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਅੱਛਾ ਸਾਡੀ ਸਕਰੀਨਸ਼ੋਟ ਵਾਲੇ ਫੋਟੋ ਲੈ ਕੇ ਸਾਡੇ ਵਟਸਐਪ ਨੰਬਰ 'ਤੇ ਤੁਸੀਂ ਫੋਟੋ ਭੇਜ ਸਕਦੇ ਹਾਂ ਅੱਛਾ ਕਈ ਵਾਰੀ ਅਸੀਂ ਫੋਨ ਚੱਕ ਨਹੀਂ ਸਕਦੇ ਸਾਡੇ ਕੰਮ ਦਾ ਪ੍ਰੈਸ਼ਰ ਹੁੰਦਾ ਨਹੀਂ ਟਾਈਮ ਲੱਗਦਾ ਕਈ ਵਾਰੀ ਉਦੋਂ ਸਾਨੂੰ ਵਟਸਐਪ 'ਤੇ ਬਿਜ਼ੀ ਹੋ ਜਾਂਦੇ ਸਾਨੂੰ ਵਟਸਐਪ 'ਤੇ ਰਿਪਲਾਈ ਕਰੋਗੇ ਤੁਹਾਨੂੰ ਅਸੀਂ ਰਿਪਲਾਈ ਕਰਾਂਗੇ ਤਾਂ ਅੱਛਾ ਅੱਛਾ ਹਾਂ ਬਹੁਤ ਬਹੁਤ ਧੰਨਵਾਦ ਬਾਈ ਤੇਰਾ ਕਿ ਫੋਨ ਨੰਬਰ ਇੱਕ ਵਾਰੀ ਬੋਲਦੇ ਬਾਕੀ ਮੈਂ ਡਿਸਕ੍ਰਿਪਸ਼ਨ 'ਚ ਪਾ ਦਿਆਂਗੇ ਅਸੀਂ 9466051085 ਆਪਣਾ ਇਹ ਵਟਸਐਪ ਨੰਬਰ
एक बार पंजाबी दस देना मैं 94660 51085। इस नंबर तुसी व्हाट्सएप कर सकते हो, मैं कॉल भी कर सकते हो, लेकिन कॉल का टाइम है जरा सवेरे 10 तो बाद शाम 8 तो पहला। अच्छा हाँ जी, क्योंकि फिर रात को कई बार असं फोन स्विच ऑफ कर देने हैं, सानू कॉल इन्ने आते हैं रात को, लोग सौन नहीं देते कई बार। अच्छा अच्छा अच्छा, फिर करना पैंता है, मजबूरी होंगी है, मजबूरी हो जाती है जो बंदा काम छेड़ लैंदा वड्डा ते सर्कल भी वध जांदा बंदे दा। कॉल बहुत ज्यादा आउंदे कई बार, नहीं चक भी नहीं होंदे साडे कोलों ज्यादा, मतलब इन कॉल आ रही है। अच्छा अच्छा, रिसीव करनी मुश्किल हो जाती है जी। बाकी पंजाबी भरा बहुत कमेंट करते रहते भी तुम भाई पंजाबी सरदार बंदे होगे, तुम हिंदी बोल दोगे। अच्छा, मेरा भरावान हाथ जोड़ के बेनती है, भरावो कम चला आप हिंदी बोल के चलूगा, ये साउथ के कस्टमर हिंदी बोलने वाले इंग्लिश बोलने वाले अपने टक्कर दे, सारे यूपी के बंदे है वो हिंदी च गल करते, कहते सू हिंदी च वीडियो बनाया करो तो हिंदी च ही सू समझ आ सकती है, पंजाबी समझते नहीं वो बंदे। अच्छा, ता करके आप हिंदी बनाने वीडियो, वैसे वैसे बंदे आपी हुई हैं। अच्छा अच्छा, हाँ भी भरा बहुत कमेंट मारते हैं ਵੀ ਤੁਸੀਂ ਹਿੰਦੀ ਕਿਉਂ ਬੋਲਦੇ ਹੋ ਸਰਦਾਰ ਹੋ ਕੇ, ਇਹ ਹਿੰਦੀ ਔਟ ਜੀ ਲੱਗਦੀ ਹੈ ਵੀ ਬੰਦਾ ਪੱਗ ਬੰਨ ਕੇ ਹਿੰਦੀ ਬੋਲੀ ਜਾਂਦਾ, ਹਿੰਦੀ ਔਟ ਹੈ ਵੈਸੇ ਸਿਆਣੀ ਗੱਲ, ਉਹਨਾਂ ਦੀ ਕਮੈਂਟ ਕਰਨਾ ਜਾਇਜ਼ ਹੈ, ਪਰ ਥੋੜ੍ਹਾ ਦੇਖਣਾ ਪੈਂਦਾ ਵੀ ਬੰਦੇ ਜੋ ਗੱਡੀ ਲੈਂਦੇ ਆਪਣੇ ਤੋਂ ਹਿੰਦੀ ਬੋਲਦੇ ਤਕਰੀਬਨ ਉਹ। ਅੱਛਾ ਅੱਛਾ, ਠੀਕ ਹੈ, ਬਹੁਤ ਬਹੁਤ ਧੰਨਵਾਦ ਬਾਈ ਤੁਸੀਂ ਸਾਨੂੰ ਟਾਈਮ ਕੱਢਿਆ ਜੀ, ਅਤੇ ਚੈਨਲ ਨੂੰ ਸਬਸਕ੍ਰਾਈਬ ਅਤੇ ਲਾਈਕ ਸ਼ੇਅਰ ਜ਼ਰੂਰ ਕਰਿਓ, ਧੰਨਵਾਦ।